ਇੱਥੇ ਤੂੰ ਕਿਹੜਾ ਚਿਤੌੜਗੜ੍ਹ ਦਾ ਕਿਲਾ ਫਤਿਹ ਕਰਤਾ? ਕਾਦੂਵਾਲ ਨੂੰ ਬੜਾ ਮੌਕਾ ਮਿਲ ਗਿਆ ਕਿ ਤੂੰ ਜੀ ਪਿਤਾ ਜੀ ਦੇਖੋ ਜੀ ਥੈਲੀ ਬਾਹਰ ਆ ਗਈ ਜੀ, ਇਹ ਸਰਕਾਰ ਦਾ ਬੰਦਾ ਹੈ ਜੀ, ਇਹ ਫਲਾਨਾ ਹੈ ਟਿਮਕਾ। ਬਲਜੀਤ ਸਿੰਘ ਦਾਦੂਵਾਲ ਦਾ 100 ਵਾਰ ਵਿਰੋਧ ਕਰੇ, ਮੈਂ 150 ਵਾਰ ਜਵਾਬ ਦਊਂਗਾ। ਓਏ ਸਰਕਾਰਾਂ ਨਾਲ ਰਲ ਕੇ ਮੋਰਚੇ ਤੂੰ ਵੇਚਤੇ ਵਰਗਾਲੀ ਵਾਲੇ, ਕਿਸੇ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਗੱਲਬਾਤ ਕਰਨ ਤੋਂ ਪਹਿਲਾਂ ਜਾਣਕਾਰੀ ਲੈਣੀ ਸੀ। ਯਾਦ ਕਰ 1 ਜੂਨ ਨੂੰ ਮੋਰਚਾ ਲੱਗਦਾ ਹੈ, 6 ਜੂਨ ਨੂੰ ਤਾਂ ਆਪਣੀ ਗੱਡੀ ਲੈ ਕੇ ਕੈਪਟਨ ਦੇ ਮਹਿਲਾਂ 'ਚ ਤੁਰ ਜਾਂਦਾ। ਦੋਵੇਂ ਬਰਗਾੜੀ ਮੋਰਚੇ 'ਚ 5-7 ਵਾਰ ਕੋਈ 10-20 ਬੰਦੇ ਲੈ ਕੇ ਭਲਵਾਨੀ ਗੇੜਾ ਮਾਰਿਆ ਸੀਗਾ ਆਪਦੀ ਸੇਵ ਬਣਾਉਣ ਵਾਸਤੇ। ਸਾਰਾ ਤੂੰ ਕਰ ਕਰਾ ਕੇ ਮੋਰਚੇ ਨੂੰ ਤੂੰ ਵੇਚ ਕੇ ਸਰਕਾਰ ਦੇ ਹੱਥਾਂ ਸਾਰਾ ਕੰਮ ਲਿਆ ਕੇ ਸਿਰਦਨਾ ਮੰਡ ਦਿਆ। ਬਰਗਾੜੀ ਇਨਸਾਫ ਮੋਰਚੇ ਦੇ ਡਿਕਟੇਟਰ ਜਥੇਦਾਰ ਧਿਆਨ ਸਿੰਘ ਮੰਡ ਨੇ ਵਫਦ ਭੇਜਿਆ ਸੀਗਾ। ਤੂੰ ਹੁਣ ਤੈਨੂੰ ਮੌਕਾ ਮਿਲਿਆ ਸੀਗਾ ਕਿਉਂਕਿ ਮੈਂ ਤੇਰੀ ਉਦੋਂ 1 ਲੱਖ ਰੁਪਏ ਵਾਲੀ ਗੱਲ ਜਾਗਰ ਕੀਤੀ। ਅੱਜ ਵੀ ਤੂੰ ਉਸੇ ਤਰ੍ਹਾਂ ਗੈਂਗਸਟਰਾਂ ਵਾਲੇ ਕੰਮ ਜਿਹੜੇ ਤੇਰੇ ਫਰੌਤੀਆਂ ਲੈਣੀਆਂ ਕਬਜ਼ੇ ਸਮਝੌਤਿਆਂ ਚੋਂ ਪੈਸੇ ਖਾਣੇ ਮਾਵਾਂ ਦੇ ਪੁੱਤ ਮਾਰੇ, ਅੱਜ ਵੀ ਸਧਾਣੇ ਪਿੰਡ ਚੋਂ ਲੱਖੇ ਆਪਣੇ ਸਧਾਣੇ ਦੀ ਮਾਂ ਨੂੰ ਪੁੱਛ ਜਾ ਕੇ, ਨੰਬਰਦਾਰ ਦੀ ਮਾਂ ਨੂੰ ਪੁੱਛ, ਮਹਾਰਾਜ ਵਾਲੇ ਮੁੰਡੇ ਦੀ ਮਾਂ ਨੂੰ ਪੁੱਛ, ਉਹਨਾਂ ਮਾਵਾਂ ਨੇ ਤੈਨੂੰ ਮੁਆਫ ਕਰਤਾ? ਬੋਰਡਾਂ ਦੇ ਉੱਤੇ ਕਾਲੇ ਪੋਚੇ ਮਾਰ ਕੇ ਤੂੰ ਸਮਾਜ ਸੇਵੀ ਬਣ ਗਿਆ, ਅਖੌਤੀ ਸਮਾਜ ਸੇਵੀ? ਕਿਹਨੇ ਬਣਾਇਆ ਤੈਨੂੰ ਸਮਾਜ ਸੇਵੀ? ਅੱਜ ਵੀ ਤੇਰੇ ਕੰਮ ਉਹੀ ਆ। ਅਸੀਂ ਕਿਸੇ ਢੂਹਾ ਨਹੀਂ ਮਾਰਦੇ ਕਿਸੇ ਡੇਰੇ ਦੇ ਟੱਪੇ ਦਾ, ਤੇ ਤੇਰੇ ਆਨੰਦ ਕਾਰ ਦੇ ਉੱਤੇ ਰਾਧਾ ਸਵਾਮੀਆਂ ਦੀ ਜੈ ਪੜੀ ਗਈ ਸੀ। ਰਾਧਾ ਸਵਾਮੀਆਂ ਦੀ ਤੂੰ ਗੱਲ ਕਰਦਾ, ਰਾਧਾ ਸਵਾਮੀ ਤੇਰੇ ਨਾਲੋਂ 100 ਗੁਣਾ ਚੰਗੇ ਆ। ਠੀਕ ਆ, ਮੋਰਚੇ ਵੀ ਤੁਸੀਂ ਵੇਚਤੇ, ਮੇਰੇ ਵਰਗੇ ਬੰਦੇ ਨੂੰ ਤੈਨੂੰ ਲੱਗਿਆ ਵੀ ਹੁਣ ਮੌਕਾ ਲੱਖੇ ਦੇ ਖਿਲਾਫ ਮਾਹੌਲ ਬਣਿਆ ਹੋਇਆ ਤੇ ਚੱਕ ਦਿਓ ਕੰਮ? ਤੇਰਾ ਤੇ ਕੋਈ ਗੁਰੂ ਪੀਰ ਹੀ ਨਹੀਂ ਆ, ਤੂੰ ਆ ਲੋਕਡਾਊਨ ਦੇ ਵਿੱਚ 10 ਬੰਦਿਆਂ ਨੂੰ ਰੋਟੀ ਖਵਾਈ ਹੈ ਕਿਸੇ ਨੂੰ? ਪੰਜਾਬੀ ਗਾਇਕ ਰਣਜੀਤ ਵਾਵਾ ਦੇ ਨਵੇਂ ਰਿਲੀਜ਼ ਕੀਤੇ ਗੀਤ ਨੂੰ ਲੈ ਕੇ ਛਿੜਿਆ ਵਿਵਾਦ ਹਲੇ ਵੀ ਸੁਲਗਦਾ ਨਜ਼ਰ ਆ ਰਿਹਾ ਹੈ। ਇਸ ਮੁੱਦੇ ਤੇ ਸਿੱਖ ਜਥੇਬੰਦੀਆਂ, ਸ਼ਿਵ ਸੈਨਾ ਤੇ ਸਮਾਜ ਸੇਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਸੀ, ਜਿਸ ਨੂੰ ਲੈ ਕੇ ਬਿਆਨਬਾਜ਼ੀ ਦੀ ਇੱਕ ਲਹਿਰ ਵੀ ਚੱਲ ਪਈ। ਇਸ ਨੂੰ ਲੈ ਕੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਵੀ ਆਪਣੇ ਵਿਚਾਰ ਦੱਸੇ ਸੀ ਤੇ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਤੇ ਰੁਮਾਲਾ ਸਾਹਿਬ ਨੂੰ ਲੈ ਕੇ ਟਿੱਪਣੀ ਕੀਤੀ ਸੀ, ਜਿਸ ਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਲੱਖਾ ਸਿਧਾਣਾ ਦੇ ਬਿਆਨਾਂ ਦਾ ਵਿਰੋਧ ਕੀਤਾ ਸੀ। ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਇੱਕ ਵੀਡੀਓ 'ਚ ਦਾਦੂਵਾਲ ਨੂੰ ਲੈ ਕੇ ਤੰਜ ਕੱਸਦਿਆਂ ਵਰਗਾਲੀ ਦਾ ਮੁੱਦਾ ਚੁੱਕਿਆ ਤੇ ਹੁਣ ਦਾਦੂਵਾਲ ਨੇ ਲੱਖਾ ਸਿਧਾਣਾ ਨੂੰ ਉਸ ਦੀਆਂ ਗੱਲਾਂ ਦਾ ਪਲਟਵਾਰ ਜਵਾਬ ਦਿੱਤਾ। ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਅਖੌਤੀ ਸਮਾਜ ਸੇਵਕ ਲੱਖਾ ਸਿਧਾਣਾ ਦੇ ਵੱਲੋਂ ਜੋ ਗੁਰੂ ਘਰ ਦੀ ਮਰਿਆਦਾ ਪਰੰਪਰਾ ਦੇ ਉੱਤੇ ਸ਼ੰਕਾਵਾਂ ਕੀਤੀਆਂ ਗਈਆਂ ਸੀ, ਜਿਹਦੀਆਂ ਵੀਡੀਓ ਵਾਇਰਲ ਹੋਈਆਂ ਸੀ, ਤਾਂ ਮੈਂ ਸਮਝਦਾ ਕਿ ਪੂਰੇ ਸੰਸਾਰ ਭਰ ਵਿੱਚ ਵਸਦੀਆਂ ਸੰਗਤਾਂ ਦੇ ਹਿਰਦੇ ਵਲੁੰਦਰੇ ਗਏ ਅਤੇ ਜਿਸ ਤਰੀਕੇ ਨਾਲ ਸਿੱਖ ਸੰਗਤਾਂ ਨੇ ਉਸਦਾ ਜਵਾਬ ਦਿੱਤਾ ਉਹਨੂੰ ਸੁਣ ਕੇ ਅਖੌਤੀ ਸਮਾਜ ਸੇਵਕ ਲੱਖਾ ਸਿਧਾਣਾ ਦੀ ਕੁਝ ਅਕਲ ਜਿਹੜੀ ਟਿਕਾਣੇ ਆਈ ਆ, ਕੁਝ ਮਤ ਟਿਕਾਣੇ ਆਈ ਆ, ਜਿਹਨੂੰ ਸੁਣ ਕੇ ਉਹ ਕੁਝ ਥੋੜ੍ਹਾ ਜਿਹਾ ਬਦਲਿਆ, ਭਾਵੇਂ ਕਿ ਅਜੇ ਵੀ ਉਹਦੀ ਈਗੋ ਹਉਮੈ ਹੰਕਾਰ ਉਸੇ ਤਰ੍ਹਾਂ ਬੋਲਦਾ। ਜਿਹੜਾ ਦੂਜੀ ਵੀਡੀਓ ਉਸਨੇ ਵਾਇਰਲ ਕੀਤੀ ਆ ਉਸ ਦੇ ਸੰਬੰਧ ਵਿੱਚ ਸਪਸ਼ਟੀਕਰਨ, ਉਹਦੇ 'ਚ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਪੰਥ ਤੋਂ ਮੁਆਫ਼ੀ ਨਹੀਂ ਮੰਗੀ, ਅਜੇ ਵੀ ਉਹਦੀ ਹਉਮੈ 'ਤੇ ਹੰਕਾਰ ਖੜ੍ਹਾ ਵਾ। ਮੈਂ ਸਮਝਦਾ ਉਹ ਬਹੁਤ ਹੀ ਚਿੰਤਾਜਨਕ ਗੱਲ ਆ, ਜਿਸ ਤਰੀਕੇ ਦੇ ਨਾਲ ਇਸ ਅਖੌਤੀ ਸਮਾਜ ਸੇਵਕ ਲੱਖੇ ਸਿਧਾਣੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਦਰ 'ਤੇ ਪਾਵਣ ਰੁਮਾਲਾ ਸਾਹਿਬ 'ਤੇ ਗੁਰੂ ਘਰਾਂ ਦੇ ਵਿੱਚ ਲੱਗੇ ਏਅਰ ਕੰਡੀਸ਼ਨਾਂ ਉੱਪਰ ਜਾਂ ਗੁਰੂ ਸਾਹਿਬ ਦੇ ਥੜਾ ਸਾਹਿਬ ਨੂੰ ਦੁੱਧ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਣ 'ਤੇ ਜਾਂ ਬੀਬੀਆਂ ਦੇ ਕੀਰਤਨ ਕਰਨ ਦੇ ਮਸਲੇ 'ਤੇ ਬੋਲਿਆ ਸੀ, ਇਹਦਾ ਬਾਖੂਬੀ ਪੰਥ ਦੇ ਵੱਲੋਂ ਕੌਮ ਦੇ ਵੱਲੋਂ ਜਵਾਬ ਦਿੱਤਾ ਗਿਆ, ਜਿਹਨੂੰ ਲੱਖੇ ਸਿਧਾਣੇ ਨੇ ਵੀ ਸਰਵਣ ਕਰ ਲਿਆ ਹੋਊਗਾ। ਮੈਂ ਇਸ ਬਾਤੇ ਪਾਸੇ ਬਹੁਤਾ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਮੈਂ ਕਹਿਣਾ ਚਾਹੁੰਦਾ ਕਿ ਇੱਕ ਗੁਰੂ ਦਾ ਸਿੱਖ ਹੋਣ ਦੇ ਨਾਤੇ ਮੈਂ ਵੀ ਆਪਣੀ ਪ੍ਰਤੀਕਿਰਿਆ ਇਸ ਦੇ ਉੱਪਰ ਜ਼ਾਹਰ ਕੀਤੀ ਸੀ, ਜਵਾਬ ਦਿੱਤਾ ਸੀ ਜੋ ਲੱਖੇ ਸਿਧਾਣੇ ਨੇ ਝੱਖਾਂ ਮਾਰੀਆਂ ਸੀ। ਇਹਨਾਂ ਗੱਲਾਂ ਦਾ ਜਵਾਬ ਦੇਣ ਦੀ ਬਜਾਏ ਲੱਖਾ ਸਿਧਾਣਾ ਵਿਅਕਤੀਗਤ ਵਿਰੋਧ ਵਿੱਚ ਪੈ ਗਿਆ। ਬਲਜੀਤ ਸਿੰਘ ਦਾਦੂਵਾਲ ਦਾ 100 ਵਾਰ ਵਿਰੋਧ ਕਰੇ, ਮੈਂ 150 ਵਾਰ ਜਵਾਬ ਦਊਂਗਾ ਉਸਨੂੰ।
हर गल का जवाब मिलूगा। पर मैं लखे सधाणे नूं कहना चाहुंदा कि इत्थे हुण गुरु घर की मर्यादा परंपरा के उत्ते जिहड़ा तू शंकावां कीतियां सी तैनूं उहदा जवाब दित्ता वा। हुण तू व्यक्तिगत विवाद विच पै के जां व्यक्तिगत विरोध करके उस तों सुरखरू नहीं हो सकदा। बलजीत सिंह दादूवाल दा विरोध करके तू सुरखरू नहीं हो सकदा। तू एवें टुचरां डाह के सुरखरू नहीं हो सकदा। जो पंथ ने कौम ने जो गल्लां कीतियां जो तैनूं लाणतां पाईआं ने वह लाणतां सुण के मैं समझदा भी तेरा दिमाग जिहड़ा कुछ टिकाणे आया क्योंकि तैनूं लाणतां पाईआं ने तां तेरा दिमाग टिकाणे आया उदां भावें ना आउंदा। अज तू ग्रंथ साहब तों गुरु ग्रंथ साहब भी कहण लग गया। अज तू कहण लग गया कि मेरी ज्ञानी हरप्रीत सिंह नाल गल होई आ मैं तख्त दमदमा साहब जाके अपने सवालों के उत्तर लै लूँगा। यही गल्लां तैनूं पहलां चाहीदियां सी। तेरे वर्गे लोगों नूं असीं यही कहना चाहुंदे आ कि किसे गुरमुख की संगत करो, किसे गुरु घर दे सेवादार दे कोलों गुरमर्यादा गुरु बारे जानकारी लो। ये बाद विच जो कहना कि मैं जाके जानकारी लै लै, जानकारी पहलां लैनी चाहीदी सी गुरु घर ते शंका करन तों पहलां, वीडियो वायरल करन तों पहलां, किसे पत्रकार दे नाल इस तरह गलबात करन तों पहलां जानकारी लैनी सी। यही गल तैनू समझाई है पंथ ने कौम ने, पर तैनू जिहड़ियां लाणतां पईआं ने हुण मैं समझदा कि तेरा कुछ दिमाग टिकाणे आया जिस करके तू हुण तख्त दमदमा साहब जाके ज्ञान लैण दी गल कर रहा। तो हुण गुरु ग्रंथ साहब एक दो गल्लां तू होर बड़ियां इतराज़ जो कीतियां ने जिहदे तू स्पष्टीकरण दिंदे आ दूसरी वीडियो वायरल करके। तू कहा कि साढ़े बठिंडे वालियां दी बोली इदा, मालवे वालियां दी बोली इदा। की तू यह कहना चाहना कि मालवे वाले जाहल आ, अनपढ़ आ, मूर्ख आ बठिंडे वाले? ये भी मैं समझदा तेरी बड़ी चलाकी आ। बठिंडे वाले मालवे वाले बड़े सियाने आ, दुनिया भर दे विच उन्होंने अपनी प्राप्तियां दे झंडे गड्ढे आ। तू उन्हां नूं मूर्ख जाहल ते अनपढ़ दसना चाहना कि साडी बोली इदां दी आ? बठिंडे वालियां दी बोली अज संसार दे विच जानी जाती है कि बठिंडे वाले किस तरह अज दुनिया के उन्होंने धुम्मा पाइया ने। फिर तो एन आर आईया बारे कहना कि तुसी डरदे विदेश चले गए, इत्थे बह के गल्लां मारी जाने, इत्थे आके गल्लां करो, वो सारे इत्थों ही गए आ, रोजी रोटी कमाउण वास्ते विदेशों विच गए आ, जां सिख संघर्ष करदे हुए ही और विदेशों विच बह के भी वो अपनी बाखूबी ड्यूटी निभा रहे आ। ते तू भी आ चार अंग्रेजी दे बोर्डां ते पोचे मार के उन्हां तों ही पौंड डालर लैके गड्डियां च तेल पाउना, ते अज तू उन्हां विदेशां विच बैठे उन्हां गुरसिखां नूं कहिंदा इत्थे आके गल करो। इत्थे तू किहड़ा चितौड़गढ़ दा किला फतेह करता भी जिहड़ा उन्हां तों रहि गया, उन्हां ने नहीं कीता। मैं अज बहुते विस्तार विच नहीं जाणा, मैं सिर्फ एक दो गल्लां दा तैनूं जवाब देना चाहुंदा क्योंकि गुरमर्यादा दीआं गल्लां दा तां तैनूं पंथ ने बखूबी जवाब दे दित्ता। ते अज तू उस पासिओं मूँह मोड़ के बलजीत सिंह दादूवाल वल व्यक्तिगत जिहड़ा विरोध शुरू किया, मैं तैनूं उहदा जवाब दिया। बरगाड़ी इंसाफ मोर्चे की तू गल की है कि 1 जून मोर्चा लग्या, तो 6 जून दादूवाल अपनी गड्डी लैके कैप्टन के महलों च चले गया, जिहड़ा कि तू कोरा झूठ बोलिया। तू भी बरगाड़ी मोर्चे च 5-7 बार कोई 10-20 बंदे लैके भलवानी गेड़ा मारिया सीगा आपदी सेब बनाउण वास्ते। जिहड़े लोग उत्थे शरदा नाल गए, भावना नाल गए, उन्हां लोगां दा वी उत्थे पता लगदा सी वी किहड़े लोग शरदा भावना नाल जा रहे आ गुरु ग्रंथ साहिब दी बेअदबी दा दुख लैके, इनसाफ दी आस लैके जा रहे, इनसाफ दी मंग लैके जा रहे, बंदी सिंघां दी रिहाइयां दे दर्द नूं लैके जा रहे आ। ते किहड़े बंदे भलवानी गेड़ा मारदे आ वी पता लगदा सीगा उस जगह ते। ते तूं बरगाड़ी मोर्चे दी गल कीती, मैं तैनूं दस दिआं कि 1 जून मोर्चा लगा सी, 6 जून मुख मंत्री पंजाब नाल पंजाब भवन दे विच मीटिंग होई सी, ते ओह बलजीत सिंह दादूवाल ने कल्ले ने नहीं सी कीती। बरगाड़ी इंसाफ मोर्चे दे डिकटेटर जथेदार ध्यान सिंह मंड ने वफद भेजिया सीगा एलानिया तौर ते अखबारां दे विच मीडिये दे विच ओह सारी खबर नशर करके कि पंजाब सरकार ने सद्दा दिता बरगाड़ी इंसाफ मोर्चे दे प्रबंधकां नूं कि आके गलबात करो की मंगां ने। ते ओह पंजाब भवन दे विच श्रोमणी अकाली दल अमृतसर, दल खालसा, श्रोमणी अकाली दल 1920, श्रोमणी अकाली दल सुतंत्र ते यूनाइटेड अकाली दल, इन्हां पंजां जथेबंदियां दा इक वफद मेरे नाल गया सी जिहड़ा जथेदार ध्यान सिंह मंड ने बरगाड़ी इंसाफ मोर्चे तों 6 जून चंडीगढ़ भेजिया सी।
ਤੇ ਪੰਜਾਬ ਭਵਨ ਉਹ ਕੈਪਟਨ ਦੇ ਮਹਿਲਾਂ 'ਚ ਨਹੀਂ, ਪੰਜਾਬ ਭਵਨ ਸਭ ਦਾ ਸਾਂਝਾ, ਪੰਜਾਬ ਭਵਨ ਦੇ ਵਿੱਚ ਬੈਠ ਕੇ ਮੀਟਿੰਗ ਹੋਈ ਸੀ ਅਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ, ਉਹਦੇ ਕੁਝ ਮੰਤਰੀ, MLA ਅਤੇ ਜਿਹੜਾ ਹੁਣ DGP ਆ ਦਿਨਕਰ ਗੁਪਤਾ, ਉਦੋਂ ADGP ਇਹ ਵੀ ਬੈਠਾ ਸੀ, ਕਿ ਉਹ ਬਰਗਾੜੀ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਦੀ ਗੱਲਬਾਤ ਹੋਈ ਸੀ, ਜਿਹਦੇ 'ਚ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਗੁਰਸੇਵਕ ਸਿੰਘ ਜਵਾਰਕੇ, ਭਾਈ ਪਰਮਜੀਤ ਸਿੰਘ ਸਹੌਲੀ, ਜਥੇਦਾਰ ਬੂਟਾ ਸਿੰਘ ਰਣਸੀਂਹ, ਅਤੇ ਬਾਅਦ ਵਿੱਚ ਭਾਈ ਜਸਵੀਰ ਸਿੰਘ ਖਡੂਰ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਇਹ ਪੰਜੇ ਸਿੱਖ ਜਥੇਬੰਦੀਆਂ ਦੇ ਆਗੂ ਉੱਥੇ ਗਏ ਸੀਗੇ, ਗੱਲਬਾਤ ਹੋਈ ਸੀ। ਅਤੇ ਉਸ 6 ਜੂਨ ਵਾਲੇ ਮੋਰਚੇ ਦੀ ਬਦੌਲਤ ਹੀ ਰਣਵੀਰ ਸਿੰਘ ਖੱਟੜੇ ਵਾਲੀ SIT ਨੂੰ ਆਕਸੀਜਨ ਦਵਾਈ ਗਈ ਫਰੀ ਹੈਂਡ ਕਰਵਾਇਆ ਗਿਆ, ਅਤੇ ਉਹਨੇ 3 ਦਿਨ ਜਾ ਕੇ ਬਰਗਾੜੀ ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਵਗੈਰਾ ਨੂੰ ਫੜ ਲਿਆ ਸੀ, ਅਤੇ ਵਾਰੀ ਵਾਰੀ 26-27 ਜਿਹੜੇ ਬੰਦੇ ਫੜੇ ਸੀ, ਜਿਨ੍ਹਾਂ ਨੇ ਮੰਨਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਚੋਰੀ ਬੁਰਜਵਾਹਰ ਸਿੰਘ ਵਾਲੇ ਤੋਂ ਕੀਤਾ ਅਤੇ ਬਰਗਾੜੀ ਦੀਆਂ ਗਲੀਆਂ 'ਚ ਪਾਵਣ ਅੰਗ ਖਿਲਾਰੇ, ਉਹ ਸਾਰਾ ਕੁਝ ਮੰਨੇ ਸੀਗੇ। ਉਹ ਡੇਰੇ ਸਰਸੇ ਵਾਲੇ ਦੇ ਚੇਲੇ, ਉਹ ਉਸ ਮੀਟਿੰਗ ਦੀ ਬਦੌਲਤ ਸੀ। ਉਸ ਮੀਟਿੰਗ ਦੇ ਕਰਕੇ ਹੀ ਭਾਈ ਗੁਰਦੀਪ ਸਿੰਘ ਖੈੜਾ ਲਈ ਕਰਨਾਟਕ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨੇ ਚਿੱਠੀ ਲਿਖੀ ਸੀ ਰਿਹਾਈ ਵਾਸਤੇ, ਔਰ ਭਾਈ ਹਰਨੇਕ ਸਿੰਘ ਭੱਪ ਦੀ ਜੇਲ੍ਹ ਤਬਦੀਲੀ ਵਾਸਤੇ ਜੈਪੁਰ ਤੋਂ ਪੰਜਾਬ ਲਈ, ਇਹ ਵੀ ਉਸ ਮੀਟਿੰਗ ਦੀ ਬਦੌਲਤ। ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ, ਮੀਡੀਆ ਦੇ ਵਿੱਚ ਬਕਾਇਦਾ ਐਲਾਨੀਆਂ ਮੀਟਿੰਗ ਹੋਈ ਸੀ, ਅਤੇ ਸਾਰੀ ਮੀਡੀਆ 'ਚ ਦੱਸਿਆ, ਕੋਈ ਬੁੱਕਲ 'ਚ ਗੁੜ ਨਹੀਂ ਸੀ ਭੰਨਿਆ। ਇੱਕ ਤੂੰ ਕਿਹਾ ਬਰਗਾੜੀ ਦਾ ਮੋਰਚਾ ਵੇਚਤਾ ਦਾਦੂਵਾਲ ਨੇ 6 ਜੂਨ ਨੂੰ ਮੀਟਿੰਗ ਕਰਕੇ, ਤੈਨੂੰ ਮੈਂ ਦੱਸਣਾ ਚਾਹੁੰਦਾ 6 ਜੂਨ ਦੀ ਮੀਟਿੰਗ ਤੋਂ ਬਾਅਦ ਵੀ 6 ਮਹੀਨੇ ਲਗਾਤਾਰ ਉਹ ਮੋਰਚਾ ਚੱਲਦਾ ਰਿਹਾ ਸੀ। ਜਦੋਂ ਦਾਦੂਵਾਲ ਨੇ ਮੀਟਿੰਗ ਕੀਤੀ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਨਾਲ, ਅਤੇ ਉਹਦਾ ਰਿਜ਼ਲਟ ਵੇਖ ਕਿ ਬਰਗਾੜੀ ਬੇਅਦਬੀ ਦੇ ਦੋਸ਼ੀ ਫੜੇ ਗਏ, ਦੋਸ਼ੀ ਪੁਲਿਸ ਮੁਲਾਜ਼ਮ ਜਿਹੜੇ ਸੀ, ਜਿਨ੍ਹਾਂ ਨੇ ਬਹਿਬਲ ਗੋਲੀ ਚਲਾਈ ਸੀ, ਉਹਨਾਂ 'ਤੇ 22 ਨੇ ਮੁਕੱਦਮਾ ਦਰਜ ਹੋਇਆ। ਮੈਂ ਹੋਰ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਤੂੰ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ, ਗਲਤ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ, ਸੰਗਤਾਂ ਨੂੰ ਸਭ ਪਤਾ ਵਾ। ਦੂਸਰੀ ਤੋਂ ਗੱਲਬਾਤ ਕਰਦਾ ਤੈਨੂੰ, ਮੈਨੂੰ ਕੌਮ ਦਾ ਫਿਕਰ ਆ, ਕੌਮ ਦਾ ਭਵਿੱਖ ਵੀ ਬਣੂੰਗਾ, ਕੌਮ ਦੇ ਬੱਚਿਆਂ ਦਾ, ਤੂੰ ਪਹਿਲਾਂ ਆਪਣਾ ਭਵਿੱਖ ਤਾਂ ਬਣਾ, ਆਪਣੇ ਵੱਲ ਤਾਂ ਨਿਗਾਹ ਮਾਰ। ਅੱਜ ਵੀ ਤੂੰ ਉਸੇ ਤਰ੍ਹਾਂ ਗੈਂਗਸਟਰਾਂ ਵਾਲੇ ਕੰਮ, ਜਿਹੜੇ ਤੇਰੇ ਫਰੌਤੀਆਂ ਲੈਣੀਆਂ, ਕਬਜ਼ੇ ਸਮਝੌਤਿਆਂ 'ਚੋਂ ਪੈਸੇ ਖਾਣੇ, ਮਾਵਾਂ ਦੇ ਪੁੱਤ ਮਾਰੇ, ਅੱਜ ਵੀ ਸਧਾਣੇ ਪਿੰਡ 'ਚੋਂ ਲੱਖੇ ਆਪਣੇ ਸਧਾਣੇ ਦੀ ਮਾਂ ਨੂੰ ਪੁੱਛ, ਜਾ ਕੇ ਨੰਬਰਦਾਰ ਦੀ ਮਾਂ ਨੂੰ ਪੁੱਛ, ਉਹ ਮਹਾਰਾਜ ਵਾਲੇ ਮੁੰਡੇ ਦੀ ਮਾਂ ਨੂੰ ਪੁੱਛ, ਉਹਨਾਂ ਮਾਵਾਂ ਨੇ ਤੈਨੂੰ ਮੁਆਫ਼ ਕਰਤਾ? ਜਿਹੜੇ ਲੀਡਰਾਂ ਦੇ ਕਹਿਣ 'ਤੇ ਤੂੰ ਪਹਿਲਾਂ ਬੂਥ ਕੈਪਚਰ ਕਰਦਾ ਸੀਗਾ, ਅੱਜ ਵੀ ਤੇਰੇ ਉਹੀ ਕੰਮ ਆ, ਪਾਰਟੀਆਂ ਬਦਲੀਆਂ, ਲੀਡਰ ਬਦਲੇ ਆ, ਕੰਮ ਤੇਰੇ ਉਹੀ ਆ। ਅੱਜ ਕਿਹੜਾ ਤੋਂ ਅੱਜ ਅਖੌਤੀ ਸਮਾਜ ਸੇਵਕ ਦਾ ਬੋਰਡ ਲਾ ਲਿਆ, 4 ਇੰਗਲਿਸ਼ ਦੇ ਬੋਰਡਾਂ ਦੇ ਉੱਤੇ ਕਾਲੇ ਪੋਚੇ ਮਾਰ ਕੇ ਤੂੰ ਸਮਾਜ ਸੇਵੀ ਬਣ ਗਿਆ, ਅਖੌਤੀ ਸਮਾਜ ਸੇਵੀ? ਕਿਹਨੇ ਬਣਾਇਆ ਤੈਨੂੰ ਸਮਾਜ ਸੇਵੀ? ਅੱਜ ਵੀ ਤੇਰੇ ਕੰਮ ਉਹੀ ਆ, ਅੱਜ ਵੀ ਤੂੰ ਤੜਕੇ ਉੱਠ ਕੇ ਤੈਨੂੰ ਉਸ ਤਰ੍ਹਾਂ ਚਾਹੀਦਾ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਮੂੰਹ ਤੇ ਸਿਰ ਤੋਂ ਸਾਫ਼ ਕਰਨ ਵਾਸਤੇ ਤੈਨੂੰ ਬੜਾ ਦਰਦ ਹੋਇਆ ਕਿ ਗੁਰੂ ਸਾਹਿਬ ਨੂੰ ਰੁਮਾਲੇ ਕਿਉਂ ਦਿੱਤੇ ਜਾਂਦੇ ਆ? ਇਹ ਇੱਕ ਗਰੀਬਾਂ ਦਾ ਜਿਹੜਾ ਭਲਾ ਕੀਤਾ ਜਾਵੇ, ਜਿਹੜੇ ਤੂੰ ਉਸ ਤਰ੍ਹਾਂ ਤੇ ਪੈਸੇ ਲਾਉਣਾ ਉਹ ਕਿਸੇ ਗਰੀਬ ਨੂੰ ਖੰਡ ਚਾਹ ਪੱਤੀ ਲੈ ਦੇ, ਜਿਹੜੇ ਤੂੰ ਕਿਸੇ ਮਹਿੰਗੇ ਸਲੂਨ ਦੇ ਵਿੱਚ ਜਾ ਕੇ ਵਾਲ ਕਟਾਉਣਾ? ਤੈਨੂੰ ਬ੍ਰੈਂਡਡ ਕੱਪੜੇ ਚਾਹੀਦੇ, ਬ੍ਰੈਂਡਡ ਫੋਨ ਚਾਹੀਦਾ, ਬ੍ਰੈਂਡਡ ਬੂਟ ਚਾਹੀਦੇ ਆ, ਬ੍ਰੈਂਡਡ ਤੈਨੂੰ ਕਾਰ ਚਾਹੀਦੀ ਆ, ਅਤੇ ਬ੍ਰੈਂਡਡ ਥਾਵਾਂ ਦੇ ਉੱਤੇ ਜਾ ਕੇ ਅਤੇ ਮਹਿੰਗੇ ਹੋਟਲਾਂ ਵਿੱਚ ਜਾ ਕੇ, ਸਬਵੇ, ਮੈਕਡੋਨਲ, ਡੋਮੀਨੋਜ਼ ਪੀਜ਼ਿਆਂ 'ਤੇ ਜਾ ਕੇ ਤੈਨੂੰ ਮਹਿੰਗੇ ਖਾਣੇ ਚਾਹੀਦੇ ਆ, ਅਤੇ ਉਹ ਜਿਹੜੇ ਪੈਸੇ ਫਜ਼ੂਲ ਖਰਚ ਕਰਦਾ ਉਹ ਤੂੰ ਕਿਸੇ ਗਰੀਬ ਨੂੰ ਖੰਡ ਅਤੇ ਚਾਹ ਪੱਤੀ ਲੈ ਦੇ, ਕੋਈ ਰਾਸ਼ਨ ਲੈ ਦੇ, ਪਰ ਇਹ ਸਾਰਾ ਤੇਰਾ ਮਖੌਟਾ ਪਾਇਆ ਹੋਇਆ ਖੌਤੀ ਸਮਾਜ ਸੇਵਕ ਦਾ, ਇਹ ਸਾਰਾ ਦੁਨੀਆ ਦੇ ਸਾਹਮਣੇ ਆ ਚੁੱਕਾ। ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਹਰ ਅੰਮ੍ਰਿਤਧਾਰੀ ਸਿੱਖ ਜਥੇਦਾਰ ਹੁੰਦਾ ਜਿਹਨੂੰ 5 ਕਕਾਰ ਧਾਰਨ ਕੀਤੇ ਆ, ਅਤੇ ਮੈਨੂੰ ਤਾਂ ਸਰਬੱਤ ਖਾਲਸਾ ਨੇ ਜਥੇਦਾਰ ਬਣਾਇਆ, ਤੂੰ ਅਖੌਤੀ ਸਮਾਜ ਸੇਵਕ ਆ। ਮੈਂ ਗੁਰੂ ਪੰਥ ਦਾ ਸੇਵਾਦਾਰ ਹਾਂ, ਜਿਸ ਵੇਲੇ ਤੂੰ ਮਾਵਾਂ ਦੇ ਪੁੱਤ ਮਾਰਦਾ ਬੂਥ ਕੈਪਚਰ ਕਰਦਾ ਸੀ, ਉਸ ਵੇਲੇ ਮੈਂ ਸਰਸੇ ਵਾਲੇ ਨਾਲ ਲੜਾਈ ਲੜਦਾ ਸੀ, ਜੇਲ੍ਹਾਂ ਮੁਕੱਦਮੇ ਕਿੰਨਾ ਕੁਝ। ਜਿਸ ਵੇਲੇ ਤੂੰ ਬੂਥ ਕੈਪਚਰ ਕਰਦਾ ਸੀ, ਸਿਆਸੀ ਲੋਕਾਂ ਦੇ ਕਹਿਣ 'ਤੇ ਮਾਵਾਂ ਦੇ ਪੁੱਤ ਮਾਰਦਾ ਸੀਗਾ ਉਸ ਵੇਲੇ, ਅਤੇ ਅੱਜ ਵੀ ਤੂੰ, ਮੈਂ ਤੈਨੂੰ ਕਹਿਣਾ ਚਾਹੁੰਦਾ ਤੂੰ ਦੂਜਿਆਂ 'ਤੇ ਉਂਗਲ ਕਰਨ ਤੋਂ ਪਹਿਲਾਂ ਕਿ ਗੁਰਸਿੱਖਣੀ ਮੇਰੀ ਸੰਗਤ ਹੋਈ, ਮੈਨੂੰ ਪਤਾ ਲੱਗਿਆ ਇਸ ਤਰ੍ਹਾਂ ਤੇਰੀ ਸੰਗਤ ਹੀ ਉਹਨਾਂ ਨਾਲ ਹੋਈ, ਕਿਸੇ ਗੁਰਸਿੱਖ ਦੀ ਸੰਗਤ ਕੀਤੀ ਹੁੰਦੀ ਤੂੰ ਸ਼ੰਕਾ ਕਰਦਾ ਹੀ ਨਾ। ਜੇ ਤੇਰੀ ਸੰਗਤ ਕਿਸੇ ਚੰਗੇ ਬੰਦਿਆਂ ਨਾਲ ਹੋਈ ਹੁੰਦੀ ਤੈਨੂੰ ਪਤਾ ਲੱਗ ਜਾਂਦਾ, ਤੂੰ ਤਾਂ ਉਹੀ ਭਲਵਾਨੀ ਗੇੜਿਆਂ ਦੇ ਵਿੱਚ ਤੁਰਿਆ ਫਿਰਦਾ
इस करके तेनू अज भी सुधरना चाहिए। सिखी गुरु गोबिंद सिंह दी है, जे तेनू पंजाब दे नौजवानां बच्चियां दा इन्ना भविखा था जिहड़े 5-7 तों पिछे बिठा के वीडियो बना रहे हैं ना, इन्हां नू भी नाल लै ते किसे तखत साहब ते जाके खंडे बाटे दा अमृत छक पंज प्यारियां दे पेश हो, साबत सूरत हो, पंज ककारी मर्यादा धारण कर, बांदर कछा पा के सिखी दीआं गल्लां नहीं होणीआं जिहड़ियां तूं करदा फिरदा वा। सारे पंथ नू पता, सारी कौम नू पता, कौम दे इन्ने माड़े दिन नहीं है कि तेरे वर्गा पतत बंदा कौम नू मर्यादा समझाऊगा, तेरे वर्गा पतत बंदा जिहड़ा ओह कौम नू गुरमर्यादा दीआं गल्लां दसूगा। मैं तैनूं एक गल कहनी चाहुंदा कि तू जिहड़ियां गल्लां करदा तू तां नगुरा वा, बेदीना की दोस्ती बेदीना का खंड, तू तां किसे गुरु पीर दा ही नहीं है। तू कहना मैं अकाल तख्त साहब नूं समर्पित हाँ, गुरु ग्रंथ साहब नूं समर्पित हाँ, गुरु ग्रंथ साहब नूं पुछ हाँ कि उह तैनूं सिख मन्नदे आ। गुरु नानक दी सिखी 9 पातशाहियां तक चरनामृत, 10वें पातशाह ने खंडे की पहुल बख्शी खंडे बाटे दा अमृत, फिर सिखी च दाखला, प्रथम रहत जे जान खंडे की पहुल सके सोई सिंह प्रधान वरना पहुल जोले। पंज ककार गुरु गोबिंद सिंह महाराज दे आ, गुरु महाराज ने सिखी बख्शी आ, इन्हां नूं भी गुरसिख बना, गुरु घर वाले पासे जोड़, आप भी जुड़न वाले तेरियां शंकावां जिहड़ियां उह दूर होणगियां, गुरु पंथ दे विच शामिल हो, फिर गल्लां करी। तू कहना राधा स्वामियां दी तू गल करदा, राधा स्वामी तेरे नालों 100 गुणा चंगे आ, तेरा ते कोई गुरु पीर ही नहीं आ। तू आ लॉकडाउन दे विच 10 किसे 10 बंदियां नूं रोटी खवाई है, किसे नूं किसे गरीब दी बांह फड़ी आ, हस्पतालां दे उत्ते रेडां करके फरौतियां लै लईआं, उहनां तों बुढ़ के चुप करके बहि गया। लॉकडाउन दे अंदर 8-10 लाख बंदे नूं रोजाना रोटी खवा रहे आ डेरे वाले, 8-10 लाख रुपई 8-10 करोड़ रुपया उहनां ने केंद्र दी सरकार नूं स्टेट दीआं सरकारां नूं दित्ता। इंग्लिश अखबारां दीआं खबरां, टाइम्स ऑफ इंडिया ते होर अखबारां दीआं खबरां पढ़, तैनूं पता लगू तेरे नालों तां उह 100 गुणा चंगे आ, तूं उहनां दी की गल करदा, तेरा ते कोई गुरु पीर ही नहीं, पता नहीं तूं मटी दा पुजारी आ, कबर दा पुजारी आ, किहदा पुजारी आ। तू कहना मैं गुरु ग्रंथ साहब दा सिख आ, तेरे वर्गे हुंदे गुरु ग्रंथ साहब दे सिख, शीशे दे विच खड़ के देखी आ गुरु महाराज दे सिखां नाल तेरा चेहरा रलदा। असी फिर भी तेनू कहना चाहुंदे आ ठीक आ गलती होई, देर आए दुरुस्त आए, कहिंदे हुंदे डुल्लिआं बेरां दा कुछ नहीं विगड़िया, झाड़ के झोली पा ले, सवेर दा भुल्लिआ शाम नूं घर आ जाइओ, उहनूं भुल्लिआ नहीं कहिंदे। पर जिस तरीके दे जिहड़े राह तूं तुरिआ, केवल पबलिसिटी जां TRP लैणी, इह कोई पबलिसिटी TRP सारी कौम पछाणदी इस गल नूं। जिहड़े तैनू 2-400 मैसेज आ जांदा है उहनां लोकां दे आ जिहड़े नास्तिकता दे राह पए आ तेरे वर्गे, जिहड़े कई सिखी सरूप दे विच वी गुरु घर ते गुरु मर्यादा दे उत्ते शंकावां करदे, उहनां लोकां दीआं गल्लां तेरी पुस्त पणाई। तूं आप कह रिहा कि तेरे डंडे च झंडा फसाउण नूं फिरदे आ, झंडा ते फसाया होया तेरे डंडे च, तेरे नाल रहिंदे डेरेदार उहनां ने झंडा फसाया होया तेरे डंडे दे विच, तेरी फीडबैक गलत दिंदे आ जिस करके तूं गुमराह होया फिरदा। उन्हां लोगों दीआं वी जे लोड़ पईआं ते किते सारीआं गल्लां सामणे वी उन्हां दे डेरियां च की कुछ होया, उन्हां दे परिवारां च की होया, तैनूं गलत फीडबैक दित्ते आ, कन्नां दा कच्चा बंदा तूं गलत गल्लां सुण के ते तूं उसे तरह बोलण लग जाना, वीडियो वायरल करदा, अकल नूं हथ मार, शर्म नूं हथ मार, पहलां गुरसिख बण, फिर गुरमर्यादा दीआं गल्लां करी, फिर किसे गुरसिख दीआं गल्लां करी, साबत सूरत हो। सियाणे कहिंदे आ जिहड़े हड्डा रोड़ी दे कूकर आ ਉਹ ਮਾਨ ਸਰੋਵਰ ਦੀਆਂ ਗੱਲਾਂ ਕਰਦੇ ਸੋਹਣੇ ਨਹੀਂ ਲੱਗਦੇ, ਮਾਨ ਸਰੋਵਰ ਦੀਆਂ ਗੱਲਾਂ ਜਿਹੜੀਆਂ ਉਹ ਤਾਂ ਹੰਸਾਂ ਨੂੰ ਹੀ ਸ਼ੋਭਾ ਦਿੰਦੀਆਂ ਨੇ, ਹੱਡਾ ਰੋੜੀ ਦੇ ਕੂਕਰ ਜਿਹੜੇ ਹੁੰਦੇ ਆ ਉਹ ਮਾਨ ਸਰੋਵਰ ਦੀਆਂ ਗੱਲਾਂ ਕਰਦੇ ਸੋਹਣੇ ਨਹੀਂ ਲੱਗਦੇ। ਪਹਿਲਾਂ ਸਾਬਤ ਸੂਰਤ ਬਣ, ਕਿਉਂਕਿ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ, ਸਾਬਤ ਸੂਰਤ ਰੱਬ ਦੀ ਭੰਨਿਆ ਬੇਈਮਾਨ, ਦਰਗਾਹ ਢੋਈ ਨਾ ਮਿਲਿਆ ਕਾਫਰ ਕੁੱਤਾ ਸ਼ੈਤਾਨ। ਤੈਨੂੰ ਹਰ ਗੱਲ ਦਾ ਜਵਾਬ ਮਿਲੂਗਾ। ਤੂੰ ਕਹਿੰਦਾ ਬਾਦਲ ਕੋਠੀ ਦਾ ਘਰਾਓ ਕੀਤਾ ਤੇ ਤੇਰੇ ਤੇ ਪਰਚਾ ਹੋ ਗਿਆ, ਪਰਚਾ ਬਾਦਲ ਕੋਠੀ ਘਰਾਓ ਦਾ ਨਹੀਂ, ਉਹ ਬਾਦਲ ਬੈਰੀਕੇਡ ਤੋੜਨ ਦਾ ਪਰਚਾ, ਤੂੰ ਬੈਰੀਕੇਡ ਤੋੜਿਆ ਹੀ ਤੇਰੇ 'ਤੇ ਪਰਚਾ ਹੋਇਆ, ਪਰ ਤੇਰੀ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ। ਉਸ ਪਰਚੇ 'ਚ ਮੇਰੇ ਸਾਥੀ ਦੀ ਗ੍ਰਿਫਤਾਰੀ ਹੋਈ, ਭਾਈ ਜਗਮੀਤ ਸਿੰਘ ਦੀ ਪ੍ਰੋਟੈਕਸ਼ਨ ਵਾਰੰਟ 'ਤੇ ਉਹਨੂੰ ਲਿਆ ਕੇ ਗ੍ਰਿਫਤਾਰ ਕੀਤਾ, ਅਤੇ ਉਹਨੂੰ ਮੁਕਤਸਰ ਜੇਲ੍ਹ 'ਚ ਕਿੰਨੇ ਦਿਨ ਰਹਿਣਾ ਪਿਆ, ਅਤੇ ਅੱਜ ਉਹ ਜ਼ਮਾਨਤ 'ਤੇ ਰਿਹਾ ਹੋਇਆ, ਅਤੇ ਤੈਨੂੰ ਤਾਂ ਕਿਸੇ ਨੇ ਫੜਿਆ ਨਹੀਂ, ਤੇ ਅੱਜ ਵੀ ਉਹਨਾਂ ਲੋਕਾਂ ਦੇ ਨਾਲ ਜਾਰੀ ਆ। ਸੋ ਇਸ ਕਰਕੇ ਤੈਨੂੰ ਸਮਝਣਾ ਚਾਹੀਦਾ ਇਹੋ ਜਿਹੜੀਆਂ ਗਲਤ ਬਿਆਨਬਾਜ਼ੀ ਕਰਨੀ ਹੈ, ਝੂਠੀਆਂ ਗੱਲਾਂ, ਜਦੋਂ ਮਰਜ਼ੀ ਜਿੱਥੇ ਮਰਜ਼ੀ ਬੈਠ ਕੇ ਉਹਦੀ ਗੱਲ ਕਰ ਸਕਦਾ। ਪਹਿਲਾਂ ਵੀ ਤੇਰੀ ਤਸੱਲੀ ਕਰਾਈ ਸੀ ਜਦੋਂ ਤੂੰ ਗੁੰਮਰਾਹ ਕਰਨ ਲੱਗਾ ਸੀ ਬਰਗਾੜੀ ਮੋਰਚੇ ਦੀ ਗੱਲ ਨੂੰ ਡੇਲੀ ਪੋਸਟ ਦੇ ਉੱਤੇ ਠਾਕਰ ਅਮਨਦੀਪ ਦੇ ਨਾਲ, ਅਤੇ ਤੈਨੂੰ ਉਦੋਂ ਜਵਾਬ ਦਿੱਤਾ ਜਦੋਂ ਤੂੰ ਨਿਰਉੱਤਰ ਹੋਇਆ ਸੀਗਾ, ਅਤੇ ਹੁਣ ਵੀ ਤੈਨੂੰ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ, ਅਸੀਂ ਕਿਉਂਕਿ
जोड़न की सतगुरु सच्चे पातशाह महाराज कहिंदे जोड़ना चाहिए हरेक नूं, तैनूं भी जोड़न की सिक्ख्या जिहड़ी आ उह असीं कहिंदे आ कि तू गुरु घर नाल जुड़, गुरसिखी नाल जुड़, पंज ककारी मर्यादा नाल, क्योंकि वह किसी व्यक्ति की जां किसी संपर्दा किसी धड़े की नहीं आ, सिक्खी गुरु की आ, ककार गुरु दे आ, केस गुरु की मोहर आ, उन्हां नूं धारण कर ते फिर तू कोई गल करी। तो मैं संगतां नूं बेनती करनी चाहुंदा कि इहो जे लोकां तों सचेत होना चाहिए, इहो जे गलत लोकां दी जिहड़े गलत कमेंट गलत गल्लां करदे आ उन्हां नूं कदे भी प्रमोट नहीं करना चाहिए। सिख संगतां तों भुल्लां चुक्कां दी खिमा। वाहिगुरू जी का खालसा वाहिगुरू जी की फतेह। देखा जावे तां रणजीत बावा ने अपने गीत नूं लै के मुआफ़ी भी मांग ली ते यूट्यूब तों अपना गाना भी डिलीट कर दिता, पर इस गीत नूं लै के व्यंग कसण दा सिलसिला शुरू हो गया ते धर्मां नूं लै के टिप्पणियां भी कीतियां जा रहियां ने। हुण इसे दे दौरान ही लखा सिधाणा ते दादूवाल विचकार शब्दी जंग शुरू हो गई है। सिधाणा दादूवाल नूं जवाब दे रहा है ते दादूवाल सिधाणा नूं उसदीआं गल्लां दा पलटवार जवाब दे रहा है, जिस नाल मुद्दा गरमाया होया। ब्यूरो रिपोर्ट, चैनल पंजाब।